ਅਸੀਂ 12 ਮਹੀਨੇ ਤੋਂ ਨਾਂ ਲੈ ਰਹੇ ਹਾਂ ਅੰਗਰੇਜ਼ ਦਾ, 12 ਮਹੀਨੇ ਜਾਗੋ, ਟਾਈਮ ਹੈ ਹੁਣ, ਇਹਦੇ ਕਾਰਵਾਈ ਨੀ ਕਰ ਸਕਦਾ ਬੰਦਾ ਇਹ। ਅਸੀਂ ਇਹਨੂੰ ਕਹਿੰਦੇ ਵੀ ਇਹਨੂੰ ਤਾਂ ਇਹਦੇ ਤਾਂ ਕੋਈ ਕਾਰਵਾਈ ਕਰਦੇ, ਆਪਾਂ ਨੂੰ ਕਿਸੇ ਨੂੰ ਆਉਂਦੇ ਤੋਂ ਤਾਂ ਲਾ ਦੇ। ਇਹਦੇ ਨਾਲ ਤਾਂ ਹੱਥ ਫੜ ਕੇ ਦੇਖੋ ਕਿੰਨਾ ਖੁਸ਼ ਹੋਇਆ ਫਿਰਦਾ ਇਹ। ਇਹਨਾਂ ਦੀਆਂ ਜੜਾਂ ਨੂੰ ਹਿਲਾ ਕੇ ਰੱਖ ਦੇਣਗੀਆਂ। ਕੱਲੀ ਮੈਂ ਨੀ, ਸ਼ੁਭਦੀਪ ਦੀ ਮਾਂ, ਸ਼ੁਭਦੀਪ ਦੀਆਂ ਹਜ਼ਾਰਾਂ ਲੱਖਾਂ ਮਾਵਾਂ ਨੇ। ਮੈਨੂੰ ਅੱਜ ਜਰਮਨੀ ਤੋਂ ਕਿਸੇ ਦਾ ਫੋਨ ਆਇਆ, ਕਿਸੇ ਮੁੰਡੇ ਦਾ, ਕਹਿੰਦਾ ਮਾਂ ਜਿਉਂਦਿਆਂ ਚ ਨੀ ਹੈਗੇ। ਅੰਕਿਤ ਸੇਸੇ ਵਰਗੇ ਦੋ ਪੌਡੀ ਦੇ ਜਵਾਕ ਕਹਿੰਦੇ ਅਸੀਂ ਸਿੱਧੂ ਮਾਰਤਾ ਪੰਜਾਬ ਜਾ ਕੇ ਸਾਡਾ ਕੀ ਕਰਤਾ। ਕੱਲ ਨੂੰ ਇਹ ਬਾਰੀ ਅੱਜ ਸਾਡੇ ਤੇ ਆ, ਕੱਲ ਨੂੰ ਕਿਸੇ ਤੇ ਹੋਰ ਵੀ ਆ ਸਕਦੀ ਹੈ, ਕਿਉਂਕਿ ਇਹ ਪੈਸੇ ਦੇ ਪੁੱਤ ਨੇ ਕਮਾਉਣਾ ਤਾਂ ਇਹ ਜਾਣਦੇ ਨੀ। ਕਮਾਉਣਾ ਤਾਂ ਇਹਨਾਂ ਦੇ ਮਾਂ ਪਿਓ ਨੇ, ਇਹਨਾਂ ਨੂੰ ਸਿਖਾਇਆ ਨੀ ਕੋਈ, ਇਹਨਾਂ ਨੂੰ ਅਕਲ ਨੀ ਸਿਖਾਈ, ਇਹਨਾਂ ਨੂੰ ਤਾਂ ਵੀ ਮਾਰ ਦੋ ਤੇ ਪੈਸੇ ਇਕੱਠੇ ਕਰ ਲਓ। ਅੱਜ ਸਾਡਾ ਗਿਆ, ਕੱਲ ਨੂੰ ਕਿਸੇ ਦੀ, ਮੈਂ ਚਾਹੁੰਦੀ ਹਾਂ ਵੀ ਕਿਸੇ ਦੀ ਹੋਰ ਵਾਰੀ ਨਾ ਆਵੇ। ਸਿਆਣੇ ਹੋ ਜਾਓ, ਜਾਗ ਪੋ ਤੇ ਇਹਨਾਂ ਤੋਂ ਇਹਨਾਂ ਚੀਜ਼ਾਂ ਦੀ ਮੰਗ ਕਰੋ ਵੀ ਸਾਨੂੰ ਚੱਜ ਦਾ ਮਾਹੌਲ ਦਿਓ, ਸਾਡੇ ਬੱਚੇ ਚੱਜ ਦੇ ਮਾਹੌਲ ਵਿੱਚ ਜੰਮਣ ਪੜ੍ਹਨ। ਸਾਡੀਆਂ ਧੀਆਂ ਯੂਨੀਵਰਸਿਟੀ ਕਾਲਜਾਂ 'ਚ ਜਾਂਦੀਆਂ ਨੇ, ਉਹ ਜਾਣ ਸਵੇਰੇ ਦੇ ਸਮੇਂ ਸਾਰਾ ਦੇ ਮਾਂ ਪਿਓ ਦੇ ਗੋਦੀ ਜਾਣ। ਅਸੀਂ ਤੁਹਾਡੇ ਬੱਚਿਆਂ ਵਾਸਤੇ ਫਿਰਦੇ ਹਾਂ, ਸਾਡਾ ਸਾਥ ਦਿਓ, ਅਸੀਂ ਇੱਕ ਚੰਗੇ ਮਾਹੌਲ ਦੀ ਸਿਰਜਣਾ ਲਈ ਫਿਰਦੇ ਹਾਂ। ਇਹੀ ਸਾਡੇ ਸ਼ੁਭਦੀਪ ਦੀ, ਮੈਂ ਕਹਿੰਦੀ ਹਾਂ, ਮੈਂ ਇੱਕ ਕੁਰਬਾਨੀ ਕਹੂੰਗੀ ਵੀ ਮੇਰਾ ਪੁੱਤ ਕੁਰਬਾਨੀ ਕਰਕੇ ਗਿਆ ਜਿਹਦੇ ਨਾਲ ਗੈਂਗਸਟਰਵਾਦ ਖਤਮ ਹੋ ਗਿਆ। ਅਸੀਂ ਨਹੀਂ ਕਹਿੰਦੇ ਇਹਨਾਂ ਦੇ ਗੋਲੀਆਂ ਮਾਰੋ, ਇਹਨਾਂ ਨੂੰ ਕਿਸੇ ਹੋਰ ਸਿਸਟਮ ਦੁਆਰਾ ਕਿਸੇ ਨੂੰ ਇਹਨਾਂ ਨੂੰ ਲੈ ਕੇ ਆਓ, ਇਹਨਾਂ ਨੂੰ ਹਟਾਓ, ਸਾਨੂੰ ਸਾਡਾ ਰੰਗਲਾ ਪੰਜਾਬ ਚਾਹੀਦਾ। ਜੇ ਇਹ ਜਿਹਾ ਪੰਜਾਬ ਰੰਗਲਾ ਪੰਜਾਬ ਆ ਗਿਆ ਤਾਂ ਮੈਂ ਮੇਰੇ ਪੁੱਤ ਦੀ ਕੁਰਬਾਨੀ ਸਮਝੂਗੀ ਵੀ ਮੇਰਾ ਸ਼ੁਭਦੀਪ ਕੁਰਬਾਨੀ ਕਰਕੇ ਗਿਆ। ਇੰਨਾ ਕਹਿੰਦੀ ਹੋਈ ਤੁਹਾਡੇ ਤੋਂ ਮਾਫੀ ਮੰਗਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਦਾ ਅਸੀਂ 12 ਮਹੀਨੇ ਤੋਂ ਨਾਂ ਲੈ ਰਹੇ ਹਾਂ ਅੰਗਰੇਜ਼ ਦਾ, 12 ਮਹੀਨੇ ਜਾਗੋ, ਟਾਈਮ ਹੈ ਹੁਣ, ਇਹਦੇ ਕਾਰਵਾਈ ਨੀ ਕਰ ਸਕਦਾ ਬੰਦਾ ਇਹ। ਅਸੀਂ ਇਹਨੂੰ ਕਹਿੰਦੇ ਵੀ ਇਹਨੂੰ ਤਾਂ ਇਹਦੇ ਤਾਂ ਕੋਈ ਕਾਰਵਾਈ ਕਰਦੇ, ਆਪਾਂ ਨੂੰ ਕਿਸੇ ਨੂੰ ਆਉਂਦੇ ਤੋਂ ਤਾਂ ਲਾ ਦੇ। ਇਹਦੇ ਨਾਲ ਤਾਂ ਹੱਥ ਫੜ ਕੇ ਦੇਖੋ ਕਿੰਨਾ ਖੁਸ਼ ਹੋਇਆ ਫਿਰਦਾ ਇਹ। ਇਹਨਾਂ ਦੀਆਂ ਜੜਾਂ ਨੂੰ ਹਿਲਾ ਕੇ ਰੱਖ ਦੇਣਗੀਆਂ। ਕੱਲੀ ਮੈਂ ਨੀ, ਸ਼ੁਭਦੀਪ ਦੀ ਮਾਂ, ਸ਼ੁਭਦੀਪ ਦੀਆਂ ਹਜ਼ਾਰਾਂ ਲੱਖਾਂ ਮਾਵਾਂ ਨੇ। ਮੈਨੂੰ ਅੱਜ ਜਰਮਨੀ ਤੋਂ ਕਿਸੇ ਦਾ ਫੋਨ ਆਇਆ, ਕਿਸੇ ਮੁੰਡੇ ਦਾ, ਕਹਿੰਦਾ ਮਾਂ ਜਿਉਂਦਿਆਂ ਚ ਨੀ ਹੈਗੇ। ਅੰਕਿਤ ਸੇਸੇ ਵਰਗੇ ਦੋ ਪੌਡੀ ਦੇ ਜਵਾਕ ਕਹਿੰਦੇ ਅਸੀਂ ਸਿੱਧੂ ਮਾਰਤਾ ਪੰਜਾਬ ਜਾ ਕੇ ਸਾਡਾ ਕੀ ਕਰਤਾ। ਕੱਲ ਨੂੰ ਇਹ ਬਾਰੀ ਅੱਜ ਸਾਡੇ ਤੇ ਆ, ਕੱਲ ਨੂੰ ਕਿਸੇ ਤੇ ਹੋਰ ਵੀ ਆ ਸਕਦੀ ਹੈ, ਕਿਉਂਕਿ ਇਹ ਪੈਸੇ ਦੇ ਪੁੱਤ ਨੇ ਕਮਾਉਣਾ ਤਾਂ ਇਹ ਜਾਣਦੇ ਨੀ। ਕਮਾਉਣਾ ਤਾਂ ਇਹਨਾਂ ਦੇ ਮਾਂ ਪਿਓ ਨੇ, ਇਹਨਾਂ ਨੂੰ ਸਿਖਾਇਆ ਨੀ ਕੋਈ, ਇਹਨਾਂ ਨੂੰ ਅਕਲ ਨੀ ਸਿਖਾਈ, ਇਹਨਾਂ ਨੂੰ ਤਾਂ ਵੀ ਮਾਰ ਦੋ ਤੇ ਪੈਸੇ ਇਕੱਠੇ ਕਰ ਲਓ। ਅੱਜ ਸਾਡਾ ਗਿਆ, ਕੱਲ ਨੂੰ ਕਿਸੇ ਦੀ, ਮੈਂ ਚਾਹੁੰਦੀ ਹਾਂ ਵੀ ਕਿਸੇ ਦੀ ਹੋਰ ਵਾਰੀ ਨਾ ਆਵੇ। ਸਿਆਣੇ ਹੋ ਜਾਓ, ਜਾਗ ਪੋ
ਤੇ ਇਹਨਾਂ ਤੋਂ ਇਹਨਾਂ ਚੀਜ਼ਾਂ ਦੀ ਮੰਗ ਕਰੋ ਵੀ ਸਾਨੂੰ ਚੱਜ ਦਾ ਮਾਹੌਲ ਦਿਓ, ਸਾਡੇ ਬੱਚੇ ਚੱਜ ਦੇ ਮਾਹੌਲ ਵਿੱਚ ਜੰਮਣ ਪੜ੍ਹਨ। ਸਾਡੀਆਂ ਧੀਆਂ ਯੂਨੀਵਰਸਿਟੀ ਕਾਲਜਾਂ 'ਚ ਜਾਂਦੀਆਂ ਨੇ, ਉਹ ਜਾਣ ਸਵੇਰੇ ਦੇ ਸਮੇਂ ਸਾਰਿਆਂ ਦੇ ਮਾਂ ਪਿਓ ਦੇ ਗੋਦੀ ਚਾਹੁਣ। ਅਸੀਂ ਤੁਹਾਡੇ ਬੱਚਿਆਂ ਵਾਸਤੇ ਬੱਚਿਆਂ ਸਾਡਾ ਸਾਥ ਦਿਓ, ਅਸੀਂ ਇੱਕ ਚੰਗੇ ਮਾਹੌਲ ਦੀ ਸਿਰਜਣਾ ਲਈ ਫਿਰਦੇ ਹਾਂ। ਇਹੀ ਸਾਡੇ ਸ਼ੁਭਦੀਪ ਦੀ ਮੈਂ ਕਹਿੰਦੀ ਹਾਂ, ਮੈਂ ਇੱਕ ਕੁਰਬਾਨੀ ਕਹੂੰਗੀ ਵੀ ਮੇਰਾ ਪੁੱਤ ਕੁਰਬਾਨੀ ਕਰਕੇ ਗਿਆ ਜਿਹਦੇ ਨਾਲ ਗੈਂਗਸਟਰਵਾਦ ਖਤਮ ਹੋ ਗਿਆ। ਅਸੀਂ ਨਹੀਂ ਕਹਿੰਦੇ ਇਹਨਾਂ ਦੇ ਗੋਲੀਆਂ ਮਾਰੋ, ਇਹਨਾਂ ਨੂੰ ਕਿਸੇ ਹੋਰ ਸਿਸਟਮ ਦੁਆਰਾ ਕਿਸੇ ਨੂੰ ਇਹਨਾਂ ਨੂੰ ਲੈ ਕੇ ਆਓ, ਇਹਨਾਂ ਨੂੰ ਹਟਾਓ। ਸਾਨੂੰ ਸਾਡਾ ਰੰਗਲਾ ਪੰਜਾਬ ਚਾਹੀਦਾ ਹੈ। ਜੇ ਇਹ ਜਿਹਾ ਪੰਜਾਬ ਰੰਗਲਾ ਪੰਜਾਬ ਆ ਗਿਆ ਤਾਂ ਮੈਂ ਮੇਰੇ ਪੁੱਤ ਦੀ ਕੁਰਬਾਨੀ ਸਮਝੂੰਗੀ ਵੀ ਮੇਰਾ ਸ਼ੁਭਦੀਪ ਕੁਰਬਾਨੀ ਕਰਕੇ ਗਿਆ। ਇੰਨਾ ਕਹਿੰਦੀ ਹੋਈ ਤੁਹਾਡੇ ਤੋਂ ਮਾਫ਼ੀ ਮੰਗਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।